लो भी अजकल तरक्की बहुत हो गई। तरक्की के नाल नाल जिथे आप अगे मठियाइया दुध दियां बनिया खांदे सीगे, बर्फी गुलाब जामुन रसगुल्ले जो भी मिठाइया सीगियां, हुण इह सानू मिठाइया गां दे गोहे तों ते गां दे मूत तों बनिया मिलिया करनगियां। आ मेरे कोले आ डब्बा पिया ते आ विच दे दीवे आ, इह गां दे गोहे तों बने होए दीवे आ, गोहे दे मूत तों बना कौन रहा है? उही सर्वहितकारी स्कूल वाले जिन्हां ने पिछे मेरा रौला भी पिया सी, जिहड़े स्कूल दे विच पंजाबी दे उत्ते पाबंदी ला रहे सी, बोलण तों रोक रहे सीगे, उदों भी असीं बहुत वड्डे पद्धर ते संघर्ष विढ़िया सीगा पर लोक नाल नहीं खड़े। हुण इन्हां ने की कीता, आ पढ़ लो, सर्वहितकारी सुरभी दीए देसी गायें के गोबर से निमृत। आ हुण आ विच आ दीवा, आ दीवा बनाया वा, ਇਹ ਹੁਣ ਸਕੂਲਾਂ ਦੇ ਵਿੱਚ ਸਰਬਤਕਾਰੀ ਸਕੂਲ ਜਿਹੜੇ ਹੈਗੇ ਆ ਉਹਨਾਂ ਸਕੂਲਾਂ ਦੇ ਵਿੱਚ ਹਰ ਜਵਾਕ ਲਈ ਜ਼ਰੂਰੀ ਤੌਰ ਦੇ ਉੱਤੇ ਜ਼ਰੂਰੀ ਕੀਤਾ ਹੋਇਆ ਹਰ ਬੱਚੇ ਲਈ ਹਰ ਜਵਾਕ ਲਈ ਵੀ ਤੁਸੀਂ 100 ਰੁਪਏ ਦਾ ਭਈਆ ਡੱਬਾ ਇਹ 5-7 ਦੀਵੇ ਹੁੰਦੇ ਆ ਵੀ ਇਹ ਲੈ ਕੇ ਜਾਣਾ ਹੀ ਜਾਣਾ ਤੇ ਆਪਣੇ ਘਰੇ ਤੁਸੀਂ ਇਹ ਦੀਵੇ ਲਾਉਣੇ। ਜੇ ਜਵਾਕ ਪੁੱਛਦੇ ਵੀ ਕਿਉਂ ਜੀ ਅਸੀਂ ਗੋਹੇ ਦੇ ਜਾਂ ਗਾਂ ਦੇ ਮੂਤ ਦੇ ਦੀਵੇ ਨਹੀਂ ਲਾਉਣੇ ਬਣਾਏ ਹੋਏ, ਤਾਂ ਕਹਿੰਦੇ ਜੀ ਅਸੀਂ ਗਰੀਬ ਜਵਾਕਾਂ ਦੀ ਮਦਦ ਕਰਨ ਲਈ ਇਹ ਜਵਾਕਾਂ ਨੂੰ ਦੀਵੇ ਜ਼ਰੂਰੀ ਤੌਰ ਤੇ ਵੇਚ ਰਹੇ ਹਾਂ। ਸੋ ਜਿਵੇਂ ਉਹ ਏਜੰਡਾ ਲਈ ਆਉਂਦੇ ਨੇ ਵੀ ਤੁਸੀਂ ਗਾਂ ਦਾ ਮੂਤ ਪੀਓ ਜੀ, ਪੀ ਕੇ ਵੀ ਬਹੁਤ ਦਿਖਾ ਰਹੇ ਨੇ, ਤੁਸੀਂ ਗਾਂ ਦਾ ਗੋਹਾ ਖਾ ਲਓ ਜੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਇਹ ਸਾਰਾ ਏਜੰਡਾ ਉਹੀ ਹੈ। ਉਦੋਂ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਸੀ, ਸਕੂਲ ਚ ਗਏ ਉਹੀ ਮਾਸਟਰ ਜਿਹੜੇ ਹਿਮਾਚਲ ਤੋਂ ਰੱਖੇ ਹੋਏ ਨੇ, ਉਹੀ ਪ੍ਰਿੰਸੀਪਲ ਹਲੇ ਬਦਲਿਆ ਨਹੀਂ ਗਿਆ। ਕਸੂਰ ਕਿਹਦਾ? ਉਹਨਾਂ ਦਾ ਨਹੀਂ ਆ, ਉਹਨਾਂ ਨੇ ਆਪਣਾ ਏਜੰਡਾ ਲਾਗੂ ਕਰਨਾ ਹੀ ਕਰਨਾ, ਤੁਹਾਡੀ ਬੋਲੀ ਨੂੰ ਮਾਰ ਕੇ, ਤੁਹਾਡੇ ਸੱਭਿਆਚਾਰ ਨੂੰ ਮਾਰ ਕੇ, ਤੁਹਾਡੇ ਇਤਿਹਾਸ ਨੂੰ ਮਾਰ ਕੇ, ਆ ਕੌਮ ਦੀਆਂ ਜਿਹੜੀ ਕੌਮ ਅਣਖਾਂ ਦੀ ਗੁੜਤੀ ਜਿਹੜੀ ਕੌਮ ਨੂੰ ਖੂਨ ਨਾਲ ਦਿੱਤੀ ਜਾਂਦੀ ਆ, ਉਹ ਕੌਮ ਨੂੰ ਗੋਹਾ ਕਿਵੇਂ ਖਵਾਉਣਾ, ਗਾਂ ਦਾ ਮੂਤ ਕਿਵੇਂ ਪਿਆਉਣਾ, ਇਸ ਨੂੰ ਲੈ ਆਉਣਗੇ ਉੱਥੇ। ਕਸੂਰ ਤੁਹਾਡਾ ਹੀ ਆ ਲੋਕੋ, ਕਿਉਂਕਿ ਤੁਸੀਂ ਉਦੋਂ ਵੀ ਨਹੀਂ ਨਾਲ ਤੁਰੇ, ਉਦੋਂ ਵੀ ਇੱਥੇ 1400 ਜਵਾਕ ਪੜ੍ਹਦਾ ਸਕੂਲ ਦੇ ਵਿੱਚ, ਤੇ 1400 ਜਵਾਕ ਦੇ ਵਿੱਚੋਂ 20 ਬੰਦੇ ਉੱਥੇ ਆਏ ਹੋਣੇ ਜਿਹਦੇ ਪੁਲਿਸ ਸਾਨੂੰ ਫੜ ਕੇ ਲੈ ਗਈ ਹੈ, ਬਾਕੀ ਸਾਰੇ ਚੁੱਪ ਕਰਕੇ ਘਰਾਂ 'ਚ ਵੜ ਗਏ। ਤੁਹਾਨੂੰ ਮੈਂ ਇੰਨੇ ਹੀ ਕਿਹਾ ਸੀ, ਮੈਂ ਕਿਹਾ ਇਹਨਾਂ ਸਕੂਲਾਂ ਦੇ ਵਿੱਚੋਂ ਆਪਾਂ ਨੇ ਜਵਾਕ ਹਟਾ ਲਓ, ਨਹੀਂ ਹੋਰ ਕੁਛ ਕਰ ਸਕਦੇ, ਨਹੀਂ ਲੜ ਸਕਦੇ। ਤਾਂ ਤੁਸੀਂ ਉਹ ਵੀ ਨਹੀਂ ਕੀਤਾ, ਜਵਾਕ ਵੀ ਨਹੀਂ ਹਟਾਏ, ਜਵਾਕ ਵੀ ਉਵੇਂ ਪੜ੍ਹ ਰਹੇ ਨੇ, ਰੋਜ਼ ਇਹ ਆਪਣਾ ਏਜੰਡਾ ਲਾਗੂ ਕਰ ਰਹੇ ਆ, ਥੋਪ ਰਹੇ ਆ, ਆਪਣਾ ਸੱਭਿਆਚਾਰ, ਆਪਣਾ ਇਤਿਹਾਸ, ਆਪਣੀ ਬੋਲੀ। ਅੱਜ ਹੀ ਮੈਨੂੰ ਗੁਰਪ੍ਰੀਤ ਦਾ ਮੁੰਡਾ ਕੋਟ ਧਰਮੂ ਤੋਂ ਫੋਨ ਆਇਆ, ਕਹਿੰਦਾ ਸਾਡੇ ਬਾਈ ਸਰਕਾਰੀ ਸਕੂਲ, ਸਰਕਾਰੀ ਇਹਦਾ ਛੱਡੋ, ਇਹਨਾਂ ਦੇ ਆਪਣੇ ਸਕੂਲ ਨੇ ਸੰਘ ਵਾਲਿਆਂ ਦੇ, ਸਰਕਾਰੀ ਸਕੂਲਾਂ ਦੇ ਵਿੱਚ ਵੀ ਹਾਲਾਤ ਇਹ ਬਣੇ ਖੜੇ ਆ ਵੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹ ਸ਼ੁਰੂ ਕਰਤਾ ਹਿੰਦੀ ਦੇ ਵਿੱਚ ਸਵੇਰੇ ਜਿਹੜਾ ਹੁੰਦਾ ਸਭਾ ਹੁੰਦੀ ਆ, ਤੇ ਉਹ ਸਭਾ ਦੇ ਵਿੱਚ ਸਵੇਰੇ ਜਿਹੜਾ ਹਿੰਦੀ ਦੇ ਵਿੱਚ ਭਜਨ ਸ਼ੁਰੂ ਕਰਤਾ, ਲੈ ਕੇ ਤੁਹਾਰਾ ਨਾਮ ਪ੍ਰਭੂ ਹਮ ਕਰਤੇ ਆ ਆਪਣਾ ਕਾਮ ਪ੍ਰਭੂ, ਉਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਲਾਗੂ ਕਰ ਰਹੇ ਆ। ਜੋ ਅੱਗੇ ਸਭਾ ਦੇ ਵਿੱਚ ਗੀਤ ਗਾਏ ਜਾਂਦੇ ਸੀ, ਜੋ ਅੱਗੇ ਜਿਹੜਾ ਵੀ ਅੱਗੇ ਭਜਨ ਕੋਈ ਗਾਇਆ ਜਾਂਦਾ ਸੀਗਾ ਜਾਂ ਕੋਈ, ਉਹ ਸਾਰਾ ਹੌਲੀ 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 ਕੱਢ ਰਹੇ ਆ ਤੁਹਾਡੇ ਜਵਾਕਾਂ ਦੇ ਨਾਲ, ਇਹ ਤੁਹਾਡੇ ਜਵਾਕਾਂ ਨੂੰ ਕਿਹੜੇ ਇਤਿਹਾਸ ਨਾਲ ਜੋੜ ਰਹੇ, ਕਿਹੜੇ ਇਤਿਹਾਸ ਨਾਲ ਜੋੜ ਰਹੇ ਆ ਜਵਾਕ। ਮੈਂ ਬਹੁਤ ਵਾਰੀ ਕਹਿੰਦਾ ਵੀ ਕੋਰੀ ਕਾਗਜ਼ ਵਰਗਾ ਜਵਾਕ ਹੁੰਦਾ, ਕੋਰੇ ਕਾਗਜ਼ ਵਰਗਾ, ਕੋਰੀ ਸਲੇਟ ਵਰਗਾ ਜਵਾਕ ਹੁੰਦਾ, ਜੋ ਮਰਜ਼ੀ ਲਿਖ ਦਿਓ ਜਵਾਕ ਦੇ ਉੱਤੇ ਉਹਦਾ ਅਸਰ ਹੋ ਜਾਂਦਾ। ਸੋ ਤੁਹਾਡੇ ਜਵਾਕਾਂ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ, ਪੰਜਾਬ ਦੇ ਲੋਕੋ ਸੰਭਲ ਜਾਓ, ਸਮਝੋ ਤੁਹਾਡੇ ਨਾਲ ਵਾਪਰ ਕੀ ਰਿਹਾ। ਸਵਾਲ ਹੁਣ ਤੁਹਾਡੇ ਸਾਹਮਣੇ ਹੈ, ਇਹ ਮੇਰੇ ਕੋਲ ਜਵਾਕ ਲੈ ਕੇ ਆਏ ਅੱਜ, ਆਹ ਗੋਹੇ ਦਾ ਦੀਵਾ ਆ ਲਿਖਿਆ ਹੋਇਆ ਉੱਤੇ ਦੇਸੀ ਗਾਂ ਦੇ ਗੋਹੇ ਨਾਲ ਤਿਆਰ ਕੀਤਾ ਹੋਇਆ, ਤੇ ਹਰ ਜਵਾਕ ਲਈ ਜ਼ਰੂਰੀ ਆ ਵੀ ਤੁਸੀਂ ਇਹ 5-7 ਦੀਵੇ 100 ਰੁਪਏ ਦੇ ਲੈ ਕੇ ਜਾਣੇ ਆ, ਨਾਲ ਪਲੇਟ ਵੀ ਲਿਖੀ ਹੋਈ ਆ, ਪਲੇਟ ਤੇ ਰੱਖੇ ਹੋ ਕੰਮ, ਹਾਂ ਸਾਰਾ ਕੁਝ ਇਹਨਾਂ ਨੇ ਆ ਦੇਖ ਲਓ, ਆ ਸਾਰਾ ਡੱਬੇ ਦੇ ਉੱਤੇ ਤੁਹਾਨੂੰ ਕਿਤੇ ਵੀ ਕਿਸੇ ਪਾਸੇ ਤੁਹਾਨੂੰ ਇਹਦੇ ਵਿੱਚ ਕੋਈ ਪੰਜਾਬੀ ਦਾ ਸ਼ਬਦ ਨਹੀਂ ਮਿਲਣਾ। ਇਹ ਸਕੂਲ ਹੈ ਪੰਜਾਬੀ ਦਾ, ਰਾਮਪੁਰਾ ਫੂਲ ਦੇ ਵਿੱਚ ਸਰਬਤਕਾਰੀ ਸਕੂਲ ਆ, ਕਿਤੇ ਵੀ ਮੈਨੂੰ ਦਿਖਾ ਦਿਓ ਇੱਕ ਵੀ ਅੱਖਰ ਪੰਜਾਬੀ ਦਾ। ਪਰ ਮੈਂ ਜਿਹੜੀਆਂ ਕੌਮਾਂ ਸੌਂ ਜਾਂਦੀਆਂ ਨੇ ਨਾ, ਸਾਡੇ ਸੁੱਤੇ ਹੋਏ ਹਾਂ ਅਸੀਂ, ਸਾਡੇ ਹਾਲਾਤ ਫਿਰ ਇਹੀ ਹੋਣੇ ਆ, ਇਦੋਂ ਵੀ ਮਾੜੇ ਹੋਣੇ, ਤੁਸੀਂ ਦੇਖੋਗੇ ਹਾਲਾਤ ਤੁਹਾਡੇ ਕੀ ਵਾਪਰਦੇ ਆ। ਆ ਤੁਸੀਂ ਹੁਣ ਝੋਨੇ ਦੇ ਹਾਲ ਦੇਖ ਲਓ ਤੁਹਾਡੇ ਕੀ ਹੋਏ ਪਏ ਆ, ਝੋਨਾ ਚੱਕਣ ਤੁਹਾਡਾ ਹਟੇ ਖੜਿਆ, ਪਾਣੀ ਤੁਹਾਡੇ
रामपुरे बहुत बड़ी फैक्ट्री है स्टैल को उदे नाल नाल अज उथे मैनू मुंडिया का फोन आया कहिंदे बई उदे नाल नाल घट्टो घट 40 बोर कट्ठे ही खड़ गए पानी छड़ गए क्योंकि पानी इस बारी 5-6 महीनों च 20 फुट थले वग गया। असि नहीं सोच रहे इन्हां गल्लां बारे भी साडियां आने वाली नस्लों लिए इत्थे रहण योग धरती पानी उन्हां लई बोली उन्हां दा इतिहास किवें संभाल जाऊगा साडा विरसा किवें जिउंदा रहूगा साडे नाल कोई इन्हां गल्लां नाल लैणा देणा नहीं है। एक बारी जवाकां नूं स्कूल च पा दिंदे आ उह अपना एजेंडा लागू कर जांदे आ। जिन्ने सेंट जेवियर स्कूल है सेंट जोसफ स्कूल है सेंट पॉल स्कूल है वह सारा अपना एजेंडा लागू करी जाते ना स्कूलों च जो अपना उन्होंने साइयत का प्रचार है वह साढ़े जवाकों थोपी जाते हैं। वो तो इतों तक भी गए खड़े है भी तुम साढ़े धर्म च आ जाओ थोड़ी सारी फीस माफ है सोनू बहर भी ले जाएंगे बीजेपी लवा देंगे इतों तक लाल साढ़े लोगों उत्ते जा रहे पर आप सानू कोई परवाह नहीं है गोले कबूतर अखा मिची फिरते हैं यार। सो समझो यार वापर की रहा। पहले तो मैं बेनती करदा भी अपने जवाकों मगर हर महीने महीने नहीं 15-20 दिन बाद गेड़ा मारो घरे आए हर जवाक नूं पुछो थोड़ा मुंडा कुड़ी पोता पोती तीजा पोती जो दोता दोती भाणजा भाणजी जो भी पढ़ते हैं हर जवाक नूं घरे नूं पुछो तुहानूं की पढ़ाउंदे आ किहड़ा इतिहास दी किताब चक के खोलो उहदी कापी चक के खोलो स्कूल च देखो जाके पंजाबी बोलने दे पाबंदी ला रहे स्कूलों के पंजाबी बोलन से तकरीबन पंजाब स्कूलों च बहुत वड्डे पद्धर से पाबंदियां लग चुकियां ने। जवाक बोलते नहीं आके डरते जे बोलते मां प्यो मगर नहीं जाते छड्ड परे आपां की रहना आपां नूं की है कोई गल नहीं अपने जवाक नूं हटा ना देन कढ ना देन लदासिया। तो दूजा मैं कहना जिम्मेवार असीं भी लोग हैं साडे कोल श्रोमणी गुरद्वारा प्रबंधक कमेटी के स्कूल ने कोई कॉलेज बनया होया वो किन्ने क चल रहे ने किन्नी क उत्थे लोगों नूं पढ़ाई दित्ती जा रही है जां किन्ने क उस उच्च पद्धर ते लै गए उन्हां स्कूलों कॉलेजों नूं नहीं उधर ध्यान ही है नहीं। असीं लड़ी जाने प्रधानगियां पिछे गुरद्वारां च कृपाना चलाई जाने पग्गां लाही ने इक दूजे दीआं लत्तां खिच्ची जाने ना साडा इधर नूं ध्यान आ वी साडे कोल कोई वधिया कोई उच्च पद्धर दे कॉलेज कोई यूनिवर्सिटियां कोई रिसर्च सेंटर कोई स्कूल होण उधर नूं ध्यान ही नहीं है साडा। बाहरले नारी भरावां नूं बहुत बारी बेनती कीती है हुण आउणगे बाहरों इत्थे ब्याहां दे 50-50 लख रुपया करोड़ करोड़ रुपया ला के जाणगे इक ब्याह ते गायक लगाउणगे 10-15 लख रुपए तां आ टूरनामेंटां दे शुरू हो जाणगे लखां रुपया उत्थे ला के तुर जांदे आ। जिहड़ी चीज़ अज बनाउण दी लोड़ आ पंजाबियां नूं अपने जवाकां नूं सांभण दी लोड़ आ गुरू घरां दे ग्रंथियां नूं सांभण दी लोड़ आ। ग्रंथी दी तनखाह हुंदी आ 5,000-7,000 एन आर ई भरावो जे काम करन वाला है इत्थे 2 दिन दे दी खातर ना टूरनामेंट दे बल्ले बल्ले कराउण दी खातर जिहड़ा ना बोलता कमेंट्री वाले ने साडा वड्डा बोर्ड लाता उहदे फोटो ला गई इधर ए नहीं कम है कम करने तो आह जो करे काम ने इधर ध्यान दो यार साडा सारी कौम समुचे साढ़े लोग मैं कहना इन्ने साडे लोगों को पैसा कि सड़न कंधा खड़िया कर देन बाहर जेडे जिन्हां ने बहुत वड्डे वड्डे कारोबार ने लोगों के वो इत्थे पंजाब दे विच इन्हां चीजां नूं लागू करो अपने साडे स्कूल हो साडा उत्थे इतिहास साडा विरसा साडा साहित साडी बोली उत्थे जांदी रहे। सो हुण मैं बेनती करदा भी इन्हां स्कूलां मगर जरूर ध्यान दो जिहड़े स्कूल खिलवाड़ करदा इकट्ठे होकर घेरो इन्हां नूं नहीं घेरना इन्नी हिम्मत नहीं है अपने जवाक ही हटा लो होर पढ़न पा लो। वाहिगुरू जी खालसा वाहिगुरू जी की फतह।